بسم الله من کرل سورہ فاتحہ بسم الله الرحمن الرحیم الحمد لله رب العالمين الرحمن الرحیم مالک یوم الدین یا کن عبدو و یا کن استعین اهدنا الصراط المستقیم صراط الذین انعمت علیہم غیر المغضوب علیہم ولا الضالین بسم اللہ الرحمن الرحیم اللهم قل ولی قل حجت ابن الحسن صلواتک علیہ وعلی آبائہ فی ہذہ الساعۃ وفی کل ساعۃ من ساعۃ اللیل والنہار ولی و محافظ و قائد و ناصر و مدلیل و عین المطاط اسکنہ ارزقاتون و تمتعہ مجلس دے مرحومین واسطے اپنے اپنے مرحومین واسطے لاوارث مرحوم مومنین مومنات تو سادات عظم واسطے مرحومین ذاکرین علماء نواخان ماتمی ملت دے شہداء شہدائے پارا چنار شہدائے ایران شہدائے کالباغ اور بالخصوص زوار حاجی ناصر عباس نوتک بلندی درجات واسطے باوازے بلند تر صلوات اگر جناب دی طبیعت اس خوشگوار موسمی تہر و پاکیزہ ہووے تو میں فقیر سید چند منٹ جناب دے سامنے تطہیر والے گھرانے دا ذکر پاک کرن سی اعوذ باللہ من الشیطان اللیم الرجیم بسم اللہ الرحمن الرحیم یا ولی تو میرا امام مومن منافق دی پہچان الحمد للہ رب العالمین والعاقبت للمتقین وجنۃ للمؤمنین والنار للکافرین والمنافقین بے شمار الصلاۃ والسلام علی من کان نبیاں وعد مبین الماء والتین الصلوات جتنا ذوق سماعت ہے اتنی بلند تر صلوات پڑھو سید سکلائین الشمس المشرقائین والمغربائین جد الحسن والحسین ابوالقاسم محمد الصلوات بس اتنا کافی مقتول
ਨਹੀਂ ਆਦਾ ਕਾਤਲ ਕੋ ਥੱਕ ਗਿਆ ਹੈ ਕੱਢ ਗਿਨ ਸਾਏ ਰੋਣ ਵਾਲਿਓ ਸ਼ਬੀਰ ਆਖੇ ਕੋ ਹੌਸਲੇ ਨਾਲ ਨਾ ਡਰਦੇ ਨਾ ਹਸਰਤ ਸੁਣਨੀ ਹੈ ਮੌਲਾ ਦੀ ਸਯਾਦਾ ਦੇ ਜੇ ਪਾਸਾ ਹੈ ਵਾਜ ਪੀਆ ਪਾਣੀ ਪੀਆ ਵਾਂਦਈ ਕੋਲ ਦਰਿਆ ਏ ਉਹ ਤੇਰੇ ਵਲਦਿਆਂ ਟੋਣੀ ਧੀ ਆਪਣੀ ਕੋ ਮਿਲ ਘਿਨ ਸਾ ਗੱਲ ਨਾਲ ਸਾਲ ਜੀ ਨੌਕਰਾਂ ਬਾਬਾ ਤੋੜ ਤੱਕ ਹੱਥ ਨਜ਼ਰ ਆ ਗਏ ਸ਼ਬੀਰ ਦੀ ਜ਼ਰੀ ਨਾਲ ਮਸਤ ਥੀਵੇਂ ਜਿਹੜੇ ਕਬਰੇ ਹੁਸੈਨ ਤੇ ਆ ਲੱਗੇ ਇੰਤਜ਼ਾਰ ਮੈਂ ਨਹੀਂ ਕਰਾਇਆ ਤਾਖੀਰ ਤੁਸਾਂ ਹੀ ਨਹੀਂ ਕਰਨੀ ਇਹ ਸਾਬਰਾਂ ਦੇ ਸੁਲਤਾਨ ਦੀ ਹਸਰਤ ਜਿਹੜਾ ਕੁਸਦਾ ਪੀਏ ਅੱਲਾ ਲਾਨਤ ਕਰੇ ਸਿਮਰ ਕਮੀ ਨੇ ਕੀਤਾ ਕਾਤਲ ਖੰਜਾਰ ਦਾ ਮੂੰਹ ਜ਼ਖਮੀ ਮਕਤੂਲ ਦੇ ਕੋਲ ਖਲੋ ਕੇ ਬੇਗੈਰਤਾਂ ਨਾ ਮਾਰ ਕੇ ਦੇ ਜੇ ਤੇ ਮਾਣ ਹਾਵੀ ਸਾਡੇ ਗਾਜ਼ੀ ਕੋਮੜ ਖੰਜਰ ਗੁਆਣ ਮਾਤਮੀ ਨਾਲ ਗੱਲ ਹੈ ਮਾਤਮੀ ਨਾਲ ਗੱਲ ਹੈ ਜ਼ਾਲਿਮਾਂ ਦੇ ਦੀਆਂ ਅੱਖੀ ਕੁਆਂ ਨਾ ਦਖਲ ਦੇਵੇ ਤੈਨੇ ਕਤਲ ਦੇ ਵਿੱਚ ਰੋ ਰੋ ਕੇ ਉਹ ਮੈਂ ਲੁੱਟਣੇ ਨਾ ਪੁਰ ਕੇ ਤੜੀਆਂ ਭੈਣਾਂ ਦੇ ਤੜੇ ਕਤਾਲ ਤੂੰ ਫਾਰ ਸਫ਼ਰ ਹਸਰਤ ਨਹੀਂ ਮੁੱਕੀ ਜਿਹੜੇ ਹੰਜ ਵਧੇ ਕੋਲ ਆਉਂਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਟੁਰੇ ਇੰਤਹਾਈ ਜਲਦੀ ਦੇ ਨਾਲ ਬੜੀਆਂ ਸਤਰਾਂ ਨਾਲ ਸਫ਼ਰ ਕਰੇ ਸੋ ਕਰਬਲਾ ਦੇ ਜਿਤਨੇ ਸ਼ਹੀਦ ਇਹਨਾਂ ਚ ਵਾਹਿਦ ਹੁਸੈਨ ਦਾ ਅਕਬਰ ਏ ਜਿਹਦੇ ਕਾਤਲ ਕੋ ਹੁਸੈਨ ਬਦਦੁਆ ਕੀਤੀ ਕਰਬਲਾ ਦੇ ਜਿਤਨੇ ਸ਼ਹੀਦ ਇਹਨਾਂ ਚ ਵਾਹਿਦ ਹਸਨ ਦਾ ਯਤੀਮ ਕਾਸਿਮ ਏ ਮੁਲਤਾਨ ਵਾਲਿਓ ਜਿਹਦੇ ਕਾਤਲ ਕੋ ਹੁਸੈਨ ਗੋਲ ਕੇ ਮਾਰੇ ਕਿਆ ਸੋਚਦੇ ਬੈਠੇ ਹੋ ਅਚਾਨਕ ਸਾਹਮਣੇ ਆਏ ਤੇ ਹੁਸੈਨ ਮਾਰੇ ਨਾ ਬਾਬਾ
ਮੇਰਾ ਬਜ਼ੁਰਗ ਪੜਦਾ ਰਹਿੰਦਾ, ਕਲਬੇ ਲਸ਼ਕਰੀ ਚ ਹੁਸੈਨ ਗੋਲ ਕੇ ਮਾਰੇ, ਹੁਸੈਨ ਹੱਕਲ ਮਾਰੀ ਕੇ ਰਹੇ, ਜੈ ਮੇਰੇ ਹਸਨ ਦੇ ਯਤੀਮ ਤੁਜ਼ੀਨ ਛੁੜਵਾਈਏ। ਖੌਫ ਚ ਆ ਕੇ ਇਸ ਮਲਾਉਣ ਨੇ ਆਪਣੇ ਆਪ ਨੂੰ ਜ਼ਮੀਨ ਤੇ ਲਿਟਾਏ ਤੇ ਉੱਤਾਂ ਦੇਖ ਕੇ ਆਦੇ, ਅਕਬਰ ਦੇ ਕਾਤਲ ਕੋ ਤਾਂ ਕੁਝ ਨੀ ਵੀ ਆਖਾ, ਗਰੀਬ ਠੱਡਾ ਸਾਹ ਭਰ ਕੇ ਦੇ ਜ਼ਾਲੇ ਮਾਂ, ਉਹ ਇੱਕ ਘਰ ਬਰਬਾਦ ਕੀਤਾ ਹੈ, ਤੈਂ ਡੂ ਚੱਕੀ ਤਿੰਨ, ਜਿਹੜੇ ਵੇਲੇ ਦੀ ਜ਼ੀਨ ਛੁੜਵਾਈ, ਮੈਂ ਗਰੀਬ ਦੀ ਧੀ ਟੁਕੜਾ ਕੋਲ ਬੈਠੀਏ, ਇੱਕ ਟੁਕੜਾ ਚਾ ਕੇ ਅੱਖੀ ਨਾਲ ਲਾ ਕੇ ਰੱਖ ਛੁੜੇਂਦੀ ਏ, ਤੇ ਵੈਣ ਇੱਕੋ ਬੈਠੀ ਕਰੇਂਦੀ ਏ, ਬਾਬੇ ਤੈਡੋ ਟੋਰਾ ਹਾ ਤੈਂ ਅੱਖਾਂ ਚਟੋਰੇ। ਕਰਬਲਾ ਦੇ ਜਿਤਨੇ ਸ਼ਹੀਦ ਕਹਿਣ ਦੀ ਲਾਸ਼ ਤਿਆ ਕੇ ਹੁਸੈਨ ਗਰੀਬ ਨਹੀਂ ਛਡਵਾਇਆ। ਨਿਆਜ਼ੇ ਮੌਲਾ ਮੈਡੀ ਜ਼ਿੰਦਗੀ ਤੂੰ ਕੀਮਤੀ ਸਤਰੰਗ, ਮੁਲਾਕਾਤ ਨਸੀਬ ਵਿੱਚ ਹੈ ਜਾਂ ਕੋਈ ਨਾ, ਇਵੇਂ ਜੁਮਲੇ ਵਸੂਲ ਕਰੇ ਸੋ, ਜਿਹੜਾ ਪਹੁੰਚੇ ਨਾ ਅੱਬਾਸ ਦੀ ਲਾਸ਼ ਤੇ, ਸਰ ਝੋਲੀ ਚ ਪਾਤਸ, ਪੇਸ਼ਾਨੀ ਚੁਮਕਿਆ ਦੇ ਅਲਮਾ ਆਲਾ, 32 ਸਾਲਾ ਜ਼ਿੰਦਗੀ ਅਗਰ ਗਰੀਬ ਨੇ ਵੀ ਡਿੱਠਾ, ਅੱਖ ਖੋਲ ਕੇ ਮੈਡੋ ਦੇਖ, ਤੇਰੇ ਲਾਹਣ ਦੀ ਦੇ ਰਹੀ ਮੈਂ ਗਰੀਬ ਹੋ ਗਿਆ। ਕਰਬਲਾ ਦੇ ਜਿਤਨੇ ਸ਼ਹੀਦ ਇੰਨੇ ਚ ਵਾਹਿਦ ਮੇਰੀ ਮਖਦੂਮਾਂ ਦੀ ਜੋੜੀ ਹੈ, ਸ਼ਾਮ ਅਲੀ ਮਖਦੂਮਾਂ ਦੀ, ਇੰਨਾ ਕੋ ਇੱਕ ਵੱਖਰੀ ਹੈਸੀਅਤ ਹਾਸਿਲ ਹੈ ਬੈ ਸ਼ਹਿਦਾ ਤੋਂ, ਇੰਨਾ ਕੈ ਵੱਖਰੇ ਰੰਗ ਨਾਲ ਅਜੀਬ ਅੰਦਾਜ਼ ਵਿੱਚ ਮਾਮੇ ਕੋਲ ਮੈਦਾਨ ਵੰਜਣ ਦੀ ਇਜਾਜ਼ਤ ਦਿੱਤੀ। ਸ਼ਹਿਜ਼ਾਦਾ ਡਿੱਠਾ ਸਾਡਾ ਮਾਮਾ, ਕਹਿ ਕੋਈ ਸੌਖੀ ਇਜਾਜ਼ਤ ਨਹੀਂ ਪਿਆ ਦਿੰਦਾ। ਮੈਂ ਤੁਹਾਡੇ ਤੇ ਸਵਾਲ ਕਰਾਂਗਾ, ਅਕਬਰ ਸੌਖਾ ਟੋਰਸ ਜੀ, 17 ਵਿਦੇ ਹਨ ਅਕਬਰ ਦੇ ਪਿਓ ਨਾਮ, ਕਾਸਿਮ ਸੌਖਾ ਟੋਰਸ, ਅੱਬਾਸ ਸੌਖਾ ਟੋਰਸ, ਯਾਨੀ ਕਹਿ ਕੋਈ ਸੌਖੀ ਇਜਾਜ਼ਤ ਨਹੀਂ ਪਿਆ ਦਿੰਦਾ। ਆਪਣੇ ਆਪ ਹੀ ਸੋਚਣ ਨੇ, ਅੰਮਾ ਦਾ ਹੁਕਮ ਹੈ, ਮਾਮੇ ਦੇ ਅੱਗੇ ਦੂਜੀ ਗੱਲ ਹੀ ਨਹੀਂ ਕਰਨੀ, ਤੇ ਜੀਂਦੇ ਵੱਲ ਵਹਿੰਦੇ ਹੈ, ਬਾਬੇ ਦੇ ਸਾਹਮਣੇ ਕਿਵੇਂ ਵੈਸੂ, ਜਿਹੜੇ ਲਫ਼ਜ਼ਾਂ ਦੇ ਖਰੀਦਾਰ ਬੈਠੇ ਹੋ, ਮੇਰੀ ਸ਼ਾਮ ਅਲੀ ਮਖਦੂਮਾਂ ਦੇ ਵੱਡੇ ਸ਼ਹਿਜ਼ਾਦੇ ਆਉਣ, ਜਲਦੀ ਦੇ ਨਾਲ ਮੁਸੱਲਾ ਵਿੱਚ ਹੈ, ਦਸਤ ਦੁਆ ਬੁਲੰਦ ਕੀਤੇ ਆਸਮਾਨ ਤੋਂ ਮੂੰਹ ਕਰਕੇ ਆ ਦੇ, ਐ ਇਮਾਨ ਵਾਲਾਂ ਦੀ ਮਦਦ ਕਰਨ ਵਾਲਾ ਪਰਵਰਦਿਗਾਰ ਅੱਲਾ, ਅੱਜ ਸਾਡੇ ਮੂੰਹ ਚ ਕੋਈ ਐਸੇ ਲਫ਼ਜ਼ ਨਿਕਲਣ, ਮਾਮਾ ਦੂਜੀ ਗੱਲ ਹੀ ਨਾ ਕਰੇ ਤੇ ਮੈਦਾਨ ਵੰਜਣ ਦੇਵੇ। ਹੁਣ ਮੈਂ ਤੁਹਾਡੇ ਉਹਨਾਂ ਹੱਥਾਂ ਦੀ ਜ਼ਿਆਰਤ ਕਰੇ ਸਾਂ, ਜਿਹਨਾਂ ਹੱਥਾਂ ਦੀਆਂ ਲਕੀਰਾਂ ਚ ਮਾਤਮ ਵਾਲੀਆਂ ਲਕੀਰਾਂ ਮੌਜੂਦ ਹਨ। ਮੁਸੱਲਾ ਛੋੜੇ ਸਿੱਧਾ ਹੈ ਮਾਮੇ ਕੋਲ, ਬਿਲਾ ਤਸ਼ਬੀਹ ਮਰ ਦੇਖੇ
ਦੁਆਏ ਹੱਥ ਮਾਮੇ ਦੇ ਕਦਮੈਨ ਤੇ, ਮਾਮਾ ਜੀ ਆਉਣ, ਮਾਮਾ ਸਹੀ ਇਮਾਮ ਹੈ, ਹੁਸੈਨ ਅਦੇ ਨਹੀਂ ਇਮਾਮ ਨੋ, ਇਮਾਮ ਦੇ ਭਾਂਜੇ ਹੋ, ਇਮਾਮ ਦੇ ਨਵਾਸੇ ਹੋ, ਇਵੇਂ ਕੰਬਦੇ ਹੱਥ ਬੰਨੇ ਮਾਮਾ ਜੇ ਅਗਰ ਅਸਾਂ ਇਮਾਮ ਨਹੀਂ ਵੱਤ ਸਾਡੇ ਅੰਦਰ ਇਤਨਾ ਹੌਸਲਾ ਨਹੀਂ, ਅਸਾਂ ਮਾਂ ਕੋ ਮਰੀਂਦਾ ਦੇਖੋ, ਤੂੰ ਇਮਾਮ ਆਵੇਂ ਮਦੀਨੇ ਮੁਸਲਮਾਨ ਤੇਰੀ ਅੱਖੀਂ ਦੇ ਸਾਹਮਣੇ ਤੇਰੀ ਮਾਂ ਕੋ ਮਰੇਂਦੇ ਸ਼ਹੀਦ ਮੈਂ ਸਮੈ ਜਿਨ੍ਹਾਂ ਦੀ ਛੋਟੀ ਔਲਾਦ ਹੁਸੈਨ ਦਾ ਸਰੇ ਜਿਹਦਾ ਨਮਾਜ਼ ਜਨਾਜ਼ਾ ਹੁਸੈਨ ਆਪ ਪੜ੍ਹਾਏ, ਗਰੀਬ ਬੈਠਾ ਦੇ ਅਸਗਰਾ ਮਦੀਨੇ ਮਰਿਆ, ਮੈਂ ਤੇਰੀ ਮੌਤ ਦਾ ਐਲਾਨ ਤੱਕ ਕਰਾਂਗਾ, ਮੈਂ ਜਲਦੀ ਨਾਲ ਗਿਣ ਛੋੜਨ ਜਲਦੀ ਨਾਲ ਇਤਨੇ ਨੇ ਸਹੀ ਵਜਾ ਨਫੀਸ ਅਕਬਰ ਢੇਰੇ ਬਰਦਾਸ਼ਤ ਅਸਗਰ ਚ ਢੇਰੇ, ਹਾਂ ਬਿਸਮਿਲ੍ਲਾ ਤੇਰੇ ਮਾਤਮੀ ਹੱਥਾਂ ਦੀ ਕਸਮ ਹੈ, ਫਰਕੇ ਅਕਬਰ ਡਾਵੀ ਦੀ ਸੁਬਾ ਕੋ ਪਹਿਲੇ ਪਹਾੜ ਚ ਪਿਓ ਕੋਲ ਪਾਣੀ ਮੰਗੇ, ਇਹ ਮਾਵਾਂ ਸੁਣਦੀਆਂ ਬੈਠੀਆਂ ਇਹਨਾਂ ਦੇ ਵਹਿਣ ਗਵਾਈ ਦੇ ਸਿੰਨ, ਅਸਗਰ ਡਾਵੀ ਦੀ ਦੁਪਾਰ ਕੋਈ ਮਾਂ ਕੋਲ ਪਾਣੀ ਨਹੀਂ ਮੰਗਾ, ਸਾਰੇ ਮਾਤਮੀ ਆਜ਼ਾਦਾਰ ਇਜਾਜ਼ਤ ਦਿਓ ਅਸਗਰ ਦੀ ਮਾਂ ਦਾ ਹੌਸਲਾ ਦੱਸਣ ਵਾਸਤੇ ਇਸ ਪਾਕ ਮਿੰਬਰ ਤੇ, ਤੁਹਾਡੀ ਇਜਾਜ਼ਤ ਗਿਣ ਕੇ ਮੈਂ ਇੱਕ ਦੁਨਿਆਵੀ ਮਿਸਾਲ ਦਾ ਸਹਾਰਾ ਗਿਣਨਾ ਚਾ ਬਾਬਾ ਗਿਣਨਾ ਚਾ ਇਹ ਤੁਸੀਂ ਦਿੱਠੋ ਸੀ ਕੁਛ ਅਰਸਾ ਕਬਲ ਚੰਦ ਸਾਲ ਕਬਲ ਇਹ ਸਾਡੇ ਬੈਤਰ ਬੱਖਰ ਤੋਂ ਅੱਗਾ ਮੀਆਂਵਾਲੀ ਜ਼ਿਲ੍ਹੇ ਇੱਕ ਮਲਾਉਂ ਆਪਣੀ ਧੀ ਕੋ ਕਤਲ ਕੀਤੇ, ਲਾਂਟੀਆ ਧੀਆਂ ਘਰ ਚ ਆਵਣ ਤਾਂ ਸ਼ਰੀਫ ਕਤਲ ਮਾਫ ਕਰ ਦੇਣਾ, ਧੀਆਂ ਕੋ ਨਾ ਮਾਰਾ ਕਰ, ਬੱਚੀ ਕਤਲ ਹੋ ਗਈ ਡਿਠਾ ਵੇ ਨਾ ਕੁਝ ਅਰਸਾ ਬਾਅਦ ਯਾਨੀ ਚੰਦ ਹਫ਼ਤਾ ਬਾਅਦ ਸ਼ਾਇਦ ਇੱਕ ਜਾਂ ਦੋ ਹਫ਼ਤੇ ਬਾਅਦ ਉਹਦੀ ਮਾਂ ਉਹੀ ਮਰ ਗਈ, ਮੈਂ ਅਸਗਰ ਦੀ ਮਾਂ ਦਾ ਹੌਸਲਾ ਦੱਸਣ ਲੱਗਾ, ਪੂਰੀ ਵਰਲਡ ਦਾ ਮੀਡੀਆ ਇਕੱਠਾ ਹੋ ਕੇ ਆਇਆ, ਉਹਨਾਂ ਬੱਚੀ ਦੇ ਮਾਮੇ ਤੇ ਸਵਾਲ ਕੀਤਾ, ਤੇਰੀ ਭੈਣ ਕੋ ਤਾਂ ਕਹਿ ਨਹੀਂ ਮਾਰਾ,
ਹਾਏ ਮਾਤਮੀ ਨਾਲ ਗੱਲ ਹੈ ਯਾਰ, ਉਹ ਕਿਵੇਂ ਮਰ ਗਈ ਹੈ? ਕੁਰਾਨ ਦੀ ਕਸਮ ਹੈ, ਰੋ ਪੀ ਆਉ ਆਖਿਆ ਦੁਨੀਆ ਵਾਲੇ ਕਿਆ ਪੁੱਛਦੇ ਹੋ, ਪੂਰਾ ਹਫਤਾ ਮੇਰੀ ਭੈਣ ਇਹ ਇੱਕ ਗਾਲ ਕਰੇਂਦੀ ਕਰੇਂਦੀ ਤੜਪ ਤੜਪ ਕੇ ਮਰ ਗਈ ਹੈ। ਪਹਿਲੇ ਫੈਰ ਤੇ ਜੋ ਮੇਰੀ ਧੀ ਮਰ ਗਈ ਹੈ, ਮੋਈ ਕੋ ਕਿਉਂ ਮਰੈਂਦਾ ਰਹੇ? ਓ ਮੀਆਂ ਵਾਲੀ ਦੀ ਮਾਂ ਕਬਰ ਤੋਂ ਬਹਿਰਾ, ਅਸਗਰ ਦੀ ਮਾਰ ਦਾ ਹੌਸਲਾ ਦੇ, ਜਿਹਦੀ ਅੱਖੀ ਦੇ ਸਾਹਮਣੇ ਦਿਹਾੜੀ ਤ੍ਰੈ ਦਫਾ ਪੁੱਤਰ ਕੁੱਠੇ। ਕਰਬਲਾ ਦੇ ਮੈਦਾਨ ਵਿੱਚ ਢੇਰ ਤਸਕੋਂ ਨਹੀਂ, ਲਾਸ਼ਾਂ ਕਹਿ ਚਾਹੀਆਂ ਜੀ, ਕਹਿ ਚਾਹੀਆਂ ਸਾਰੇ ਬੋਲੋ ਨਾ ਹੁਸੈਨ, ਢੇਰ ਤਸਕੋਂ ਨਹੀਂ ਹੁਸੈਨ। ਅੱਛਾ ਤੂੰ ਜੇ ਸਵਾਲ ਦਾ ਜਵਾਬ ਦੇ ਤੇ ਮੈਂ ਮਜਲਿਸ ਕਰਬਲਾ ਚ ਬਣਾਵਾਂ। ਜਿਹੜਾ ਦੁੱਖ ਵੇੜ ਵਜੇ ਕੌਣ ਯਾਦ ਆਉਂਦੀ ਹੈ? ਮਾਂ ਢੇਰ ਤਸ ਹੁਸੈਨ ਤੈਰ ਬਿਰਾ, ਦੁੱਖ ਵੇੜ ਵਜੇ ਯਾਦ ਆਉਂਦੀ ਹੈ ਮਾਂ। ਹੁਣ ਮਾਤਮੀ ਨਾਲ ਗੱਲ ਹੈ, ਆਖਿਰ ਤੇ ਗਰੀਬ ਦਾ ਮੂੰਹ ਫਿਰ ਗਿਆ ਜੰਨਤ ਉਲ ਬਕੀਆ ਦੋ। ਉਹ ਮੇਰੀ ਜ਼ਖਮੀ ਮਾਂ ਅੰਮਾ ਡੇ ਦੇ ਰਹੇ ਹੋ, ਹਰ ਕੋਈ ਮੈਂ ਕੁਆਡਾ ਮੈਂ ਦੱਸਾਂ, ਤੂੰ ਦੱਸ ਮੈਂ ਕਹਿ ਕੋ ਦੱਸਾਂ। ਮੈਂ ਮਜਲਿਸ ਪੜ ਛੋੜੀਏ ਮੁਲਤਾਨ ਨਾਲੇ, ਉਹ ਤੁਸਾਂ ਕਦਰ ਕਰ ਛੋੜੀਏ। ਨਿੱਤ ਸੁਣਦਾ ਰਹਿੰਦਾ ਸਤਾਰਵੇਂ ਕਦਮ ਤੇ ਘੋੜੇ ਕੋ ਪਤਾ ਲੱਗੇ ਮੇਰੀ ਜ਼ੀਨ ਖਾਲੀ ਹੈ, ਬਸ ਨੂੰ ਵਹਿਣਾ ਦਾ ਹੁਕਮ ਹੈ। ਕਿਵੇਂ ਲੱਗੇ ਸਾਰੀ ਜ਼ਿੰਦਗੀ ਭਜਦਾ ਰਹੇ ਇੱਕੋ ਪਤਾ ਨਾ ਲੱਗਿਆ, ਇਹ ਵਜ਼ਨ ਨਹੀਂ ਸਮਝਦਾ। ਖਲੂਸ ਨਾਲ ਕਹੀਂ ਕਜ਼ਾਦਾਰ ਦਾ ਛੱਡਾ ਸਾਹ ਨਿਕਲੇ ਨਾ ਤਾਂ ਸਵਾਬ ਵੀ ਹਿਲ ਕਬਰ ਤੱਕ ਵੈਸੀ। ਉਹ ਜ਼ਾਕਰੀ ਕੋ ਅਦਬ ਸਿਖਾਉਣ ਵਾਲੀ ਕੌਮ, ਮੇਰਾ ਬਾਬਾ ਮਰਹੂਮ ਪੜਦਾ ਰਹਿੰਦਾ ਸ਼ੀਓ, ਜਿੱਦਾਂ ਹੁਸੈਨ ਇਹਦੀ ਜ਼ੀਨ ਚ ਆ ਕੇ ਬਹਵੇ ਹਾ, ਇੱਕੋ ਇਵੇਂ ਲੱਗਦਾ ਹਾ ਜਿਵੇਂ ਰਾਹ ਵਿੱਚ ਕੁਰਾਨ ਆ ਗਏ। ਪਤਾ ਉਹਲੇ ਲੱਗੇ ਜਿੱਦਾਂ ਸਤਾਰਵੇਂ ਕਦਮ ਤੇ ਕਾਲੇ ਬੁਰਕੇ ਵਾਲੀ ਬੀਬੀ ਦਾ ਹੱਥ ਹੈ ਮੁਰਤਜਿਜ, ਤੂੰ ਦੌੜਦਾ ਵਧੈ ਪਿੱਛਾ ਦੇਖ ਮੇਰਾ ਬੱਚੜਾ ਜਾਣ ਵੀ ਹੈ। ਘੋੜੇ ਦੇ ਪਿੱਛਾ ਵੱਲਦਾ ਤੱਕ ਇੱਕ ਜ਼ਾਲਿਮ ਤੀਰ ਮਾਰੇ ਗਰੀਬ ਦੇ ਖੱਬੇ ਪੈਰ ਦੀ ਤਲੀ ਚ ਲੱਗੇ, ਘੋੜਾ ਪਿੱਛਾ ਵੱਲ ਤੀਰ ਚ ਮੂੰਹ ਪਾਤੇ, ਮੂੰਹ ਨਾਲ ਛਿਕੇ ਦਾ ਤੀਰ ਦੇਦਾ ਸ਼ਬੀਰ। ਸਯਾਦਾ ਲੈ ਕਿਆ ਦੇਦਾ ਕਿਆ ਨਜ਼ਰ ਆਂਦੀ ਆਲੇ ਮੌਲਾ, ਜਿਸ ਅੱਜ ਪੁੱਜਦਾ ਨਾ ਤੂੰ ਨਜ਼ਰ ਆਉਣਾ ਨਾ ਤੇਰੇ ਦੁਸ਼ਮਣ ਨਜ਼ਰ ਆਉਣਾ। ਸਯਾਦਾ ਦੇ ਘੋੜਾ ਅੱਜ ਮੈਂ ਨਰਗਾਇਆ ਦਾ ਇਚ ਰੁਝ ਗਈਆਂ, ਨਾ ਮੈਂ ਨਜ਼ਰ ਆਉਣਾ ਨਾ ਮੇਰੇ ਦੁਸ਼ਮਣ ਦਿਸਦਾ ਕਿਆ ਹੋਈ
اپنی زبان زیادہ سچ پوچھنا ہے میں کو چاہ نظر آنن جیرے چادر چاہے ادا میں کوئی وہ لگدا جا چائی کھڑیے ادا میں کوئی وہ لگدا مدی منت کھڑی کرے نہیں ہے مدے بچڑے دی خوارا تو بھلا ہونے بھائی بھلا ہونے بھائی تیر چھکس چھڑا تیر بہرا ہے نہ بابا خون دا فوارا نکلے وفا سن گھوڑے آگ کے پیشانی رگڑنی شروع تڑی بین واسطہ نشانی بھی بڑھنا میں دے گول پوچھی کی تلا میں آکسا سلام دے داوی اداوی رنجی نتی میں مدی سکا تو ماک گئی آئی قبول میں جھولی چاہی کھڑا آج دے ذکر دا صدقہ شالا جوان پتران دا درد نہ دیکھو جریاں سین کو مکان بیٹھیاں دینیاں شالا جوان بچنا دا درد نہ دیکھیں آج مولا میں مزدوری کیتی ہے آج میں گجرات رے میں گجرات رے ماتمی نال گالے جدہ چوتھی دفعہ گھوڑے آکھے گجرات رے سیدہ دا سوچ کے منگے میں کو اکبر دی موت کھا گئی ہے آدھے وہ کچھ مغزا جرا دے سنگ سے سیدہ دے کیا مغنا ہے اپنی زبانی چاہتے ہیں مدی زین تب ہے تیکو گن وینا یا جنان کے شہے روی چالے وان آکزا حسا ندی کبار اٹھے گھن اپنا ویر میں قبولیت میں حسین شہادت میں پڑھسی شبیتیں بڑھنے اجتا برا مدی دے چار سالا دی سیدہ دی پرنج بہر تڑے پیر نب کے اکسی بابے دا گھوڑا بہر ننے او میں پیو دا سینے تا سمنی سارے جو ماتم تے جڑ گئے ہو اللہ لعنت کرے شمر کمینے تے بوسا گائے محمد دی پہلی بیعت بھی کی
ਪਹਿਲੀ ਜ਼ਰਬ ਚਲਾਈਏ ਮੈਂ ਪੜ ਛੋੜੇ ਕਦੇ ਸੋਚੀ ਇਹ ਜ਼ਰਬ ਠੇਕੇ ਕੋਇਨ ਮੌਲਾ ਦਰਜਾਤ ਬੁਲੰਦ ਕਰੇ ਅਲਾਮਾ ਨਸੀਮ ਅਬਾਸ ਸਾਹਿਬ ਦੇ ਉਹ ਪਰਦਰਾਂ ਦਾ ਸੀਓ ਲੁਗਾਤੀ ਜ਼ਰਬ ਦੀਵੇਂ ਤਰੀਫ ਜਿਵੇਂ ਕਸਾਬ ਹੱਡੀ ਤੇ ਮਰਿੰਦੇ ਮਾਤਮੀ ਨਾਲ ਗੱਲ ਹੁਣ ਹੱਥ ਖੁੱਲੇ ਰੱਖਾ ਏ ਕੁੱਤਾ ਦਾ ਮੈਂ ਨੌ ਜ਼ਰਬਾਂ ਚਲਾਈਏ ਹੁਸੈਨ ਦਾ ਲਹੂ ਨਹੀਂ ਨਿਕਲਾ ਇਹਦਾ ਠੱਡਾ ਸਾਹ ਨਿਕਲੇ ਸਯਦਾ ਦੇ ਜ਼ਾਲਿਮਾ ਠੱਡਾ ਸਾਹ ਕਿਉਂ ਭਰੇ ਨਾ ਤੇ ਖੰਜਰ ਚ ਜੇ ਹੱਥ ਪਾਉਣੇ ਹਨ ਉਹਦੇ ਤੱਕ ਤੀਦ ਗਏ ਆਦੇ ਮੈਂ ਜ਼ਰਬਾ ਚਲੇ ਨਾ ਤੇਰਾ ਲਹੂ ਨਹੀਂ ਨਿਕਲਦਾ ਸਯਦਾ ਦੇ ਕੰਡ ਕਰ ਮੈਂ ਤੇਰੀ ਮਦਦ ਕਰੇ ਨਾ ਕੁੱਤਾ ਦਾ ਬੱਚਾ ਦੇ ਮੈਂ ਮੂੰਹ ਫੇਰੇ ਮੇਰੀਆਂ ਅੱਖਾਂ ਨਹੀਂ ਦਿਖਾ ਕੰਨਾਂ ਸੁਣੇ ਹੁਸੈਨ ਪ੍ਰਿਆ ਦਾ ਅੰਮਾ ਜ਼ਾਰਾ ਗੱਲ ਚਾ ਓ ਬਾਬਾ ਗੱਲ ਚਾ ਓ ਮੈਡਾ ਕਾਤਲ ਠਾਕ ਗਈ ਹੈ ਆਜੇ ਅੰਮਾ ਗੱਲ ਚਾ ਕਿਹੜੇ ਪਾਸੇ ਦੇਖਾਂ ਹੱਥ ਨਾ ਪੈ ਬਈ ਹੱਥ ਨਾ ਪੈ ਬਈ ਜਜ਼ਬਾਤ ਤੇ ਕਾਬੂ ਰੱਖਾ ਹੈ ਜਜ਼ਬਾਤ ਤੇ ਕਾਬੂ ਰੱਖਾ ਹੈ ਮੈਂ ਮਾਤਾ ਮਲਵੈਨ ਆਖਿਰ ਤੇ ਕਰਨੇ ਇਹ ਜਿਤਨੇ ਆਏ ਬੈਠੇ ਨੇ ਸਾਰੇ ਧੀਆਂ ਦੇ ਪਿਓ ਹੀ ਬੈਠੇ ਹੋ ਸੋ ਇਹ ਮੁਸਲਮਾਨ ਨੇ ਜਿਨ੍ਹਾਂ ਜਾਨਵਰ ਜ਼ਬਾ ਕੀਤੇ ਨੇ ਹੱਚਾਓ ਤੁਸਾਂ ਡਿੱਠਾ ਹੋ ਸੀ ਇਹ ਛੋਟੇ ਬੱਚੇ ਮਾਂ ਪਿਓ ਕੋ ਨਸੀਬ ਹੋਵੇ ਮਾਂ ਪਿਓ ਕੋ ਨਸੀਬ ਹੋਵੇ ਕੁਰਬਾਨੀ ਦੇ ਜਾਨਵਰ ਨਾਲ ਬੜਾ ਪਿਆਰ ਕਰੇ ਨੇ ਰੰਗ ਕਰੇ ਨੇ ਗਲੀਆਂ ਫਿਰੇ ਨੇ ਰੱਖ ਮੇਰੇ ਸਰ ਤੇ ਕੁਰਾਨ ਜੱਡਾ ਕੁਸਣ ਦੀ ਵਾਰੀ ਆਵੇ ਤੇਰੇ ਬਾਲ ਮੂੰਹ ਫੇਰ ਤੇਰੇ ਬਾਲ ਕੁਸਦਾ ਹੈਵਾਨ ਨਹੀਂ ਦੇਥੇ ਹੁਸੈਨ ਦੀ ਧੀ ਕੁਸਦਾ ਇਮਾਮ ਨੇ ਧੀ ਰਹੀ ਇਹ ਜ਼ਰਬਾ ਚਲੇ ਡਰੇ ਧੀ ਨੇ ਧੀ ਰਹੀ ਜੱਡਾ ਤੇਰਵੀਂ ਜ਼ਰਬ ਚਲਾਈਏ ਦੀ ਆਵਾਜ਼ ਕੋਈ ਨਹੀਂ ਲਗਾ ਬੀਬੀ ਮਕਤਲ ਤੋਂ ਦੌੜੀ ਰਕਮੀਨਾ ਹਰ ਜ਼ਰਾ ਬਤਾ